ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋਂ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਬਿਲਕੁਲ ਕੈਰੋਂ ਵਿਜਿਟ ਕਰਕੇ ਦੋਸਤੋ ਗ੍ਰੈਂਡ ਕੈਰੋਂ ਪੈਲਸ ਦੇ ਲਾਗਿਓਂ ਜਿਹੜੀ ਸੜਕ ਮੁੜਦੀ ਹੈ ਦੋਸਤੋ ਸਿੱਧੀ ਬਾਈ ਸਤਨਾਮ ਸਿੰਘ ਹੋਰਾਂ ਦੇ ਘਰ ਆਉਂਦੀ ਆ। ਅੱਜ ਭਾਅ ਜੀ ਸਤਨਾਮ ਸਿੰਘ ਹੋਰੀ ਬਿਲਕੁਲ ਘਰ ਨਹੀਂ ਸੀ ਦੋਸਤੋ, ਕੁਝ ਕੰਮ ਕਾਜ ਲਈ ਜਿਹੜੇ ਬਾਹਰ ਗਏ ਸਨ, ਅਤੇ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਹੈ ਮੈਂ ਤੁਹਾਨੂੰ ਇਹਨਾਂ ਵਹਿੜਾਂ ਦੀ ਖੁਦ ਆਪ ਦੱਸ ਦੂੰਗਾ, ਠੀਕ ਹੈ ਜੀ। ਇਸ ਘਰੋਂ ਆਪਾਂ ਜਿਹੜਾ ਮੋਸਟਲੀ ਵੀਡੀਓ ਅਪਲੋਡ ਕਰੀ ਦੀਆਂ, ਅਤੇ ਬਿਲਕੁਲ ਤੁਹਾਡੇ ਸਾਹਮਣੇ ਜਿਹੜੇ ਪਸ਼ੂ ਆ ਦੋਸਤੋ ਉਹ ਲੈ ਕੇ ਆਈ ਦੇ ਆ, ਵਿਖਾਈ ਦੇ ਤੁਹਾਨੂੰ ਇਸ ਘਰੋਂ ਪਸ਼ੂ, ਅਤੇ ਰੇਟ ਭਾਅ ਪੜਤਾ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਦੱਸਿਆ ਜਾਊਗਾ, ਸੂਆ ਦੱਸਿਆ ਜਾਊਗਾ, ਚਵਾਈ ਕਿਹੋ ਜਿਹੀ ਲੱਗੀ ਦੋਸਤੋ ਉਹ ਦੱਸੀ ਜਾਊਗੀ। ਬਾਕੀ ਜਿਸ ਵੀ ਕਿਸਾਨ ਵੀਰ ਨੇ, ਫਾਰਮਰ ਵੀਰ ਨੇ ਪਸ਼ੂ ਖਰੀਦਣਾ, ਉਹ ਤੁਸੀਂ ਆਪਣੀ ਜਿਹੜੀ ਵਿਜਿਟ ਆ ਘਰ ਪਹੁੰਚ ਕੇ ਤਸੱਲੀ ਕਰ ਸਕਦੇ ਹੋ, ਠੀਕ ਹੈ ਜੀ। ਅਤੇ ਗੱਲਬਾਤ ਜਿਹੜੀ ਆ ਦੋਸਤੋ ਆਪਾਂ ਕਰਾਂਗੇ ਸ਼ੁਰੂ, ਅਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘੱਟੋ ਘੱਟ ਵੀ 5 ਨਾਗ ਜਿਹੜੇ ਹੈਗੇ ਵਿਹੜਾਂ ਦਿਖਾ ਦਾਂਗੇ, ਅਤੇ 1 ਝੋਟੀ ਦਿਖਾ ਦਾਂਗੇ, ਠੀਕ ਹੈ ਜੀ। ਅਤੇ 23 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਜਿਹੜਾ ਦੋਸਤੋ ਤਕਰੀਬਨ 2 ਵਜੇ ਦਾ ਹੈਗਾ ਜੀ, ਦੁਪਹਿਰ ਦਾ, ਠੀਕ ਹੈ, 2 ਵਜੇ ਦਾ ਸਮਾਂ ਹੈ ਤਕਰੀਬਨ। ਅਤੇ ਆਓ ਕਰਦਾਂ ਜਿਹੜਾ ਗੱਲਬਾਤ ਆਪਾਂ ਦੋਸਤੋ ਸਟਾਰਟ ਕਰਦੇ ਹਾਂ, ਪਹਿਲੇ ਨੰਬਰ ਤੋਂ ਸਟਾਰਟ ਕਰ ਲੈਂਦੇ ਹਾਂ, ਨਾਲ ਦੀ ਨਾਲ ਖੋਲ੍ਹ ਕੇ ਤੋਰ ਕੇ ਦਿਖਾਈ ਜਾਵਾਂਗੇ, ਅਤੇ ਪ੍ਰੋਪਰ ਰੇਟ ਗੱਲਬਾਤ ਮੈਂ ਤੁਹਾਨੂੰ ਜਿਹੜੀ ਦੋਸਤੋ ਦੱਸੀ ਜਾਊਂਗਾ, ਠੀਕ ਆ। ਪਹਿਲੇ ਨੰਬਰ 'ਤੇ ਜਿਹੜੀ ਦੋਸਤੋ ਜੇਕਰ ਬਰੀਡ ਵਾਈਜ਼ ਆਪਾਂ ਗੱਲ ਕਰੀਏ ਤਾਂ ਜਰਸੀ ਦਾ ਪੱਖ ਵਧੇਰੇ ਹੈਗਾ, ਜਰਸੀ ਵੱਛੀ ਆ, ਠੀਕ ਆ, ਜਰਸੀ ਵੈੜ ਆ, ਅਤੇ ਬਿਲਕੁਲ ਤਾਜ਼ੀ ਸੂਈ ਆ, ਠੀਕ ਆ, ਸੂਆ ਦੂਜਾ ਅਤੇ ਪਰਸੋਂ ਦੀ ਸੂਈ ਆ, ਠੀਕ ਆ ਜੀ, ਪਰਸੋਂ ਦੀ ਸੂਈ ਆ, ਸੂਆ ਦੂਜਾ ਹੈਗਾ ਜੀ। ਅਤੇ ਮਗਰ ਜੇਕਰ ਬੱਚੇ ਦੀ ਗੱਲ ਕਰੀਏ ਤਾਂ ਮਗਰ ਮੇਲ ਕਾਫ ਆ, ਠੀਕ ਆ, ਮਗਰ ਵੱਛਾ, ਅਤੇ ਬੌਲਾ ਘੱਟੋ ਘੱਟ ਵੀ 12 ਕਿਲੋ ਜਿਹੜਾ ਨੈੱਟ ਬੌਲਾ ਇਹਦੇ ਥੱਲੇ ਹਾਜ਼ਰ ਆ। ਅਤੇ ਚਵਾਈ ਬਾਈ ਸਤਨਾਮ ਸਿੰਘ ਕਹਿੰਦਾ ਸੀ ਵੀ ਚਵਾਈ ਜਿਹੜੀ ਆ ਘੱਟੋ ਘੱਟ ਵੀ 3 ਤੋਂ 4 ਡੰਗ ਜਿਹੜੀ ਚਵਾਈ ਹੋ ਗਈ ਆ, ਅਤੇ ਚਵਾਈ ਜਿਹੜੀ ਆ ਬੈਸਟ ਲੱਗੀ ਆ ਬੈਠ ਨੂੰ, 1 ਨੰਬਰ ਜਿਹੜੀ ਚਵਾਈ ਚੈੱਕ ਪਾਸ ਆ, ਪੂਰੀ ਤਸੱਲੀ ਆ। ਕੋਈ ਵੀਰ ਆਵੇ ਆਪਦਾ 12 ਲੀਟਰ ਤੁਸੀਂ ਬੌਲੇ ਦੀ ਚਵਾਈ ਕਰ ਸਕਦੇ ਹੋ, ਬਿਲਕੁਲ ਹੁਣ ਮੌਕੇ ਦਾ ਜਿਹੜਾ ਹਾਜ਼ਰ ਆ, ਠੀਕ ਆ ਜੀ। ਬਾਕੀ ਵੈੜ ਦੁੱਧ ਕਰੂਗੀ ਕਿਉਂਕਿ ਹਜੇ ਦੋਸਤੋ ਬਿਲਕੁਲ ਤਾਜ਼ੀ, ਅੱਜ 3ਜੇ ਦਿਨ ਦੇ ਵਿੱਚ ਆ, ਅਤੇ ਥਣ ਤੁਹਾਨੂੰ ਮੈਂ ਤੁਹਾਨੂੰ ਦਿਖਾਊਂਗਾ, ਕਾਫੀ ਸੋਹਣਾ ਥਣ ਲੱਗਾ। ਆਹ ਕਰੋ ਚੈੱਕ ਜੀ, ਆਹ ਇੱਕ ਵਾਰੀ ਫੇਸ ਕੁਆਲਿਟੀ ਦੇਖੋ ਜੀ, ਆਹ ਮੂੰਹ ਮੱਥੇ ਤੋਂ ਦੇਖੋ, ਅਤੇ ਆਹ ਜਿਹੜਾ ਦੋਸਤੋ ਬੱਚਾ ਥੱਲੇ ਹੈਗਾ, ਠੀਕ ਹੈ ਜੀ, ਨਾੜੂ ਬੱਚੇ ਦੇ ਨਾਲ ਆ, ਆਹ ਕਰੋ ਚੈੱਕ, ਠੀਕ ਆ, ਅਤੇ ਆਹ ਥਣ ਹੈ, ਠੀਕ ਹੈ ਜੀ, ਅਤੇ ਬਿਲਕੁਲ ਥਣ ਦੀ ਸ਼ੇਪ ਚੰਗੀ ਆ, ਮੋਟਾ ਗੁੱਲ ਥਣ ਆ, ਠੀਕ ਹੈ ਜੀ, ਅਤੇ ਚੌਂ ਥਣਾਂ ਦਾ ਗੈਬ ਆਪਸੀ ਤੁਸੀਂ ਵੇਖ ਸਕਦੇ ਹੋ, ਵਧੀਆ ਜਿਹੜਾ ਗੈਬ ਆ, ਆਹ ਦੇਖੋ ਜੀ, ਠੀਕ ਆ, ਥਣ ਥੂਣ ਕਾਫੀ ਸੋਹਣਾ, ਅਤੇ ਖੋਲ੍ਹ ਕੇ ਆਪਾਂ ਤੁਹਾਨੂੰ ਇੱਕ ਵਾਰੀ ਤੋਰ ਕੇ ਦਿਖਾਉਂਦੇ ਹਾਂ, ਆ ਜਾਓ ਛੋਟੇ ਵੀਰ, ਖੋਲ੍ਹਿਓ ਤੋਰਿਓ, ਲੈ ਆਓ ਜੀ। ਹਾਈਟ ਕੱਦ ਜਿਹੜਾ ਦੋਸਤੋ ਵੱਡਾ ਹਾਈਟ ਕੱਦ ਆ ਵੀ, ਜਿਹੋ ਜੀ ਆਪਾਂ ਨੋਰਮਲ ਪੰਜਾਬ ਦੀ ਜਰਸੀ ਵੇਖਦੇ ਹਾਂ ਨਾ, ਉਹੋ ਜੀ ਹਾਈਟ ਕੱਦ ਦੀ ਆ, ਚੰਗਾ ਵਧੀਆ ਕੱਦ ਆ, ਠੀਕ ਆ ਜੀ। ਅਤੇ ਹਵਾਨੇ ਦੀ ਲੇਬਟੀ ਜਿਹੜੀ ਆ ਦੋਸਤੋ, ਹਵਾਨੇ ਦੀ ਕੁਆਲਿਟੀ ਆ, ਉਹ ਤੁਸੀਂ ਆਹ ਵੇਖ ਸਕਦੇ ਹੋ, ਠੀਕ ਆ, ਬਿਲਕੁਲ ਖੁੱਲ੍ਹਾ ਆਡਰ ਹੈਗਾ। ਆਹ ਫੇਸ ਕੁਆਲਿਟੀ ਦੇਖੋ, ਇੱਕ ਵਾਰੀ ਫਿਰ ਘੁਮਾ ਲਓ ਪਿੱਛੇ ਨੂੰ, ਲਓ ਵੀ ਦੋਸਤੋ ਪੱਧਰ ਥਣ ਲਿਆ ਦੋਸਤੋ, ਠੀਕ ਆ, ਤਸੱਲੀ ਤੁਸੀਂ ਕਰ ਸਕਦੇ ਹੋ ਘਰੇ ਚਵਾਈ ਕਰਕੇ। ਅਤੇ ਆਹ ਫੇਸ ਕੁਆਲਿਟੀ ਜੇ ਮੂੰਹ ਮੱਥੇ ਤੋਂ ਬੱਚਾ ਤੁਹਾਨੂੰ ਪ੍ਰੋਪਰ ਦਿਖਾਤਾ ਵੀ ਨਾੜੂ ਬੱਚੇ ਦੇ ਨਾਲ, ਅਤੇ ਥਣ ਥੁਣ ਕੋਈ ਵੀਰ ਆਪਦੀ ਚਵਾਈ ਕਰੇ, 1 ਟਾਈਮ 2 ਟਾਈਮ ਪਸ਼ੂ ਸਾਰੇ ਸਵੇ ਸਵਾਏ ਨੇ, ਠੀਕ ਆ,
ਇੱਕ ਬੈਡ ਜਿਹੜੀ ਆ ਗੱਬਣ ਹੋਵੇਗੀ, ਉਹਦੀ ਵੀ ਆਪਾਂ ਜਿਹੜੀ ਗੱਲਬਾਤ ਕਰ ਲਵਾਂਗੇ, ਠੀਕ ਆ। ਬਾਕੀ ਆਹ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਆਹ ਥਣ ਭਾਂਡਾ ਵੇਖ ਸਕਦੇ ਤੁਸੀਂ। ਠੀਕ ਹੈ ਜੀ। ਅਤੇ ਰੇਟ ਜਿਹੜਾ ਦੋਸਤੋ ਹੈਗਾ ਮੁੱਲ ਆ 48,000 ਇਹਦੀ ਡਿਮਾਂਡ ਆ, ਠੀਕ ਹੈ ਜੀ। ਅਤੇ ਲੈ ਦੇ ਜਿਹੜਾ 45,000 ਆ, ਠੀਕ ਹੈ ਜੀ, ਡਿਮਾਂਡ 48,000 ਹੈ। ਅਤੇ ਲੈ ਦੇ ਜਿਹੜਾ ਦੋਸਤੋ ਜੈਸ ਨੂੰ ਆਪਾਂ ਕਹਿ ਲਈਏ ਵੀ ਜਿਹੜਾ ਕਿਸੇ ਵੀਰ ਨੂੰ ਰਾਹ ਮਿਲ ਜਾਵੇ ਵੀ ਹਾਂ ਨਾ ਵਾਲੀ ਗੱਲਬਾਤ ਆ, ਉਹ 45,000 ਆ, ਇਹ ਤੁਸੀਂ ਜ਼ਰੂਰ ਧਿਆਨ 'ਚ ਰੱਖ ਲਿਓ, ਠੀਕ ਹੈ। ਆਹ ਦੇਖੋ ਇਹਨੂੰ ਛੋਟੀ ਵੀਰ ਮਾੜਾ ਇੱਕ ਦੋ ਪਾਸੇ ਨੂੰ ਕਰ ਦਿਓ, ਠੀਕ ਹੈ, ਆਹ ਛੋਟੀ ਫੜ ਲਓ। ਇਸ ਤੋਂ ਬਾਅਦ ਦੋਸਤੋ ਜਿਹੜੀ ਅਗਲੀ ਬੈਡ ਤੁਹਾਨੂੰ ਆਪਾਂ ਦਿਖਾਉਣੀ ਆ ਬਿਲਕੁਲ ਕਾਲੇ ਰੰਗ ਦੇ ਵਿੱਚ ਆ, ਠੀਕ ਹੈ ਜੀ। ਜੇਕਰ ਆਪਾਂ ਪੱਖ ਵੇਖੀਏ ਤਾਂ ਸ਼ਾਹੀਵਾਲ ਤਾਂ HF ਦਾ ਜਿਹੜਾ ਉਸ ਤੋਂ ਕਰੋਸ ਆਂਗਾ, ਠੀਕ ਆ। ਅਤੇ ਇਹ ਜਿਹੜੀ ਦੋਸਤੋ ਦੂਜੇ ਸੂਬੇ ਤਕਰੀਬਨ ਹਜੇ ਸੋਹਣੀ ਆ, ਠੀਕ ਆ, ਦੂਜੇ ਸੂਬੇ ਸੋਹਣੀ ਆ। ਅਤੇ ਘੱਟੋ ਘੱਟ ਵੀ ਜੇਕਰ ਮਿਲਕ ਦੀ ਗੱਲ ਕਰੀਏ ਤਾਂ ਭਾਅ ਜੀ ਸਤਨਾਮ ਸਿੰਘ ਕਹਿੰਦਾ ਸੀ ਵੀ ਜਿਹੋ ਜਿਹੀ ਢੇਲਾ ਜਿਹੋ ਜਿਹੀ ਵੰਡ ਥਾਣਾ ਦੇ ਵਿੱਚ ਆ ਤਾਂ ਜਾਂ ਆਪਾਂ ਇਹ ਗੱਲ ਕਰ ਲਈਏ ਵੀ ਜਿਹੋ ਜਿਹਾ ਲੇਵਾ ਹਵਾਨਾ ਇਹਨੇ ਬਣਾਉਣਾ ਹੈ, ਠੀਕ ਆ। ਵੱਟ ਵੁੱਟ ਕਾਫੀ ਜ਼ਿਆਦਾ ਵੀ 17-18 ਲੀਟਰ ਦੀ ਮਿਲਕ ਦੀ ਕਪੈਸਿਟੀ ਇਹਨੂੰ ਕਰਨੀ ਚਾਹੀਦੀ ਹੈ, ਠੀਕ ਆ। ਅਤੇ ਬਾਕੀ ਤੁਸੀਂ ਵੇਖੋਗੇ ਪਿੱਠ ਪੁੱਠਾ ਵੇਖੋਗੇ ਰਾਜੀ ਵਜਨਦਾਰ ਬਿਲਕੁਲ ਤੁਸੀਂ ਵੇਖੋਗੇ ਐਨ ਤਸੱਲੀ ਬਖਸ਼ ਜਿਹੜੀ ਇਹ ਬੈਡ ਆ, ਠੀਕ ਆ। ਅਤੇ HF ਅਤੇ ਸ਼ਾਹੀਵਾਲ ਦਾ ਵਧੇਰੇ ਪੱਕ ਹੈਗਾ, ਮਤਲਬ ਕਿ ਆਹ ਤੁਸੀਂ ਵੇਖ ਸਕਦੇ ਹੋ, ਠੀਕ ਆ। ਮੋਟਾ ਗੋਲ ਥਾਣਾ, ਥਣ ਥੁਣ ਦੀ ਸ਼ੇਪ ਇਹਦੇ ਵੀ ਚੰਗੀ ਖਾਸੀ ਆ। ਆਹ ਦੇਖੋ ਜੀ ਆਹ ਦੇਖੋ, ਖੋਲ ਲਓ ਵੀਰ, ਖੋਲ ਲਓ, ਇਹਨੂੰ ਵੀ ਦਿਖਾ ਦਈਏ। ਸੂਆ ਦੂਜਾ ਸੋਨਾ, ਠੀਕ ਆ ਜੀ। ਇੱਕ ਵਾਰੀ ਫਿਰ ਮੈਂ ਕਨਫਰਮ ਕਰਾ ਦਿੰਦਾ ਵੀ ਸੂਆ ਦੂਜਾ ਸੋਨਾ ਇਹਨੇ, ਠੀਕ ਆ। ਅਤੇ ਬਿਲਕੁਲ ਬਾਈ ਨੇ ਕਿਹਾ ਸੀ ਵੀ ਘੱਟੋ ਘੱਟ ਵੀ ਜਿਹੋ ਜਿਹਾ ਹਵਾਨਾ ਇਹਨੂੰ ਲੱਗਾ ਹੈਗਾ ਵੇੜ ਨੂੰ ਵੀ 17-18 ਲੀਟਰ ਜਿਹੜਾ ਦੁੱਧ ਇਹਨੂੰ ਪਾਉਣਾ ਚਾਹੀਦਾ। ਬਾਕੀ ਤੁਸੀਂ ਸਾਰੇ ਵੀਰ ਸਿਆਣੇ ਹੋ, ਵੇਖ ਲਿਓ ਖੁੱਲ੍ਹਾ ਲੇਵਾ ਹੈਗਾ, ਠੀਕ ਆ। ਅਤੇ ਵੰਡ ਵੁੰਡ ਚੰਗੀ ਹੈ ਪੂਰੀ, ਅਤੇ ਬਾਕੀ ਠੰਡੀ ਧੀਰੀ ਆ ਪੂਰੀ, ਮਾੜੀ ਦਿਖਾ ਦਿਓ ਜੀ, ਭਾਵੇਂ ਬੇਸ਼ੱਕ 2 ਮਿੰਟ ਬੰਨ ਕੇ ਦਿਖਾ ਦਿਓ, ਕੋਈ ਗੱਲ ਨਹੀਂ। ਆਹ ਦੇਖੋ ਜੀ, ਠੀਕ ਆ। ਅਤੇ ਭਾਅ ਜੀ ਸਤਨਾਮ ਸਿੰਘ ਦਾ ਲੜਕਾ ਜਿਹੜਾ ਦੋਸਤੋ ਬਿਲਕੁਲ ਅੱਗੇ ਤੁਹਾਨੂੰ ਪਸ਼ੂ ਦਿਖਾ ਰਿਹਾ, ਅਤੇ ਆਹ ਕਰੋ ਚੈੱਕ। ਠੀਕ ਆ, ਆਹ ਥਣ ਜੇ ਅਤੇ ਥਣ ਵੀ ਜਿਹੜਾ ਦੋਸਤੋ ਸ਼ਾਹੀਵਾਲ ਬੈੜਾਂ ਦੇ ਵਿੱਚ ਜਿਵੇਂ ਤਾਂ ਆਉਂਦਾ ਮੋਟਾ ਗੁੱਲ ਥਣ ਆਪਾਂ ਕਹਿ ਦਿੰਦੇ ਹਾਂ, ਅਤੇ ਬਿਲਕੁਲ ਉਵੇਂ ਦਾ ਥਣ ਲੱਗਾ ਹੈ ਇਸ ਬੈੜ ਦੇ, ਠੀਕ ਆ ਜੀ। ਅਤੇ ਮੁੱਲ ਜਿਹੜਾ ਭਰਾਓ ਇਹਦਾ ਲੈਣ ਦੇਣ ਆ ਉਹ 45,000 ਆ, ਠੀਕ ਆ। 45,000 ਆ, ਵਿੱਚੋਂ ਕੋਈ ਥੋੜ੍ਹੀ ਬਾਧੀ ਮੌਕੇ ਦੀ ਗੁੰਜਾਇਸ਼ ਆ, ਕੋਈ ਛੋੜ ਛੱਪਾ ਮੌਕੇ 'ਤੇ ਹੋਊਗਾ, ਜੋ ਵੀ ਵਿੱਚੋਂ ਮਾਨਤਾ ਦੀ ਆਪਾਂ ਗੱਲ ਕਰ ਲਈਏ ਤਾਂ ਮੌਕੇ 'ਤੇ ਆ, ਠੀਕ ਆ। ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ, ਠੀਕ ਆ। ਇਸ ਤੋਂ ਬਾਅਦ ਅਗਲੀ ਜਿਹੜੀ ਨੈਕਸਟ ਅਗਲੀ ਬੈਡ ਆਪਾਂ ਤੁਹਾਨੂੰ ਦਿਖਾਉਣੀ ਆ ਜਰਸੀ ਅੰਗ ਦੇ ਵਿੱਚ ਆ, ਠੀਕ ਆ ਜੀ। ਜਰਸੀ ਅੰਗ ਦੇ ਵਿੱਚ ਆ, ਬੇਸ਼ੱਕ ਸਿੰਗ ਸੁੰਗ ਹੈਗੇ ਆ। ਅਤੇ ਸੋ ਦੋਸਤੋ ਤੀਜੇ ਨੰਬਰ 'ਤੇ ਮੈਂ ਵੇਰਵਾ ਪਾ ਦਿੰਦਾ ਵੀ ਜਿਹੜੀ ਤੀਜੇ ਨੰਬਰ 'ਤੇ ਆਪਾਂ ਤੁਹਾਨੂੰ ਬੈਡ ਦਿਖਾਉਣ ਜਾ ਰਹੇ ਹਾਂ ਜਰਸੀ ਬ੍ਰੀਡ ਦੇ ਵਿੱਚ ਆ, ਜਰਸੀ ਅੰਗ ਦੇ ਵਿੱਚ ਆ, ਠੀਕ ਆ। ਅਤੇ ਲਾਲ ਵੱਛੀ ਆ। ਅਤੇ ਸੂਬੇ ਦੀ ਗੱਲ ਕਰੀਏ ਤਾਂ ਦੂਜਾ ਸੂਆ ਸੋਹਣਾ, ਅਤੇ ਨਾਲ ਹੀ ਆਪਾਂ ਫੇਸ ਕੁਆਲਿਟੀ ਦਿਖਾ ਦਿੰਦੇ ਇਹਨੂੰ, ਨਾਲ ਹੀ ਵੀਰੇ ਖੋਲ ਲਾ, ਨਾਲ ਹੀ ਫੇਸ ਕੁਆਲਿਟੀ ਦਿਖਾ ਦਈਏ, ਮੂੰਹ ਮੱਥੇ ਤੋਂ ਚੰਗੀ ਤਰ੍ਹਾਂ ਭਰਾਵਾਂ ਨੂੰ ਸਮਝ ਆ ਜਾਵੇ। ਅਤੇ ਦੂਜਾ ਸੂਆ ਵੀਰੋ ਇਹ ਸੋਹਣੀ ਆ, ਠੀਕ ਆ। ਅਤੇ 15 ਕਿਲੋ ਦੀ ਵੀਰ ਸਤਨਾਮ ਸਿੰਘ ਕਹਿੰਦਾ ਸੀ ਵੀ 15 ਕਿਲੋ ਦੀ ਗਰੰਟੀ ਆ ਵੀ ਇਸ ਬੈਡ ਨੂੰ ਦੁੱਧ ਜਿਹੜਾ ਪਾਉਣਾ ਚਾਹੀਦਾ 15 ਕਿਲੋ। ਅਤੇ ਆਹ ਜਿਹੜਾ ਤੁਸੀਂ ਫੇਸ ਕੁਆਲਿਟੀ ਦਾ ਵੇਖੋ ਜੀ, ਆਹ ਮੂੰਹ ਮੱਥਾ ਸਿੰਘਾਂ ਦੀ ਬਣਤਰ ਬੇਸ਼ੱਕ ਹੈਗੀ ਆ, ਉਹ ਆਪਾਂ ਤੁਹਾਨੂੰ ਦੱਸਤਾ ਸੀ, ਠੀਕ ਆ ਜੀ। ਇਹ ਤਾਂ ਕਵੀਰਾ ਹੁੰਦਾ ਵੀ ਸਟਾਰਟਿੰਗ ਤੋਂ ਜਦੋਂ ਨਿਊ ਬੋਰਨ ਸੀਗੀ ਉਦੋਂ ਨਹੀਂ ਦਿਗਾਏ ਸਿੰਘ, ਅਤੇ ਸਿੰਘ ਜਿਹੜੇ ਦੋਸਤੋ ਤਕਰੀਬਨ ਹੈਗੇ ਆ ਬੱਚੀ ਦੇ। ਆਹ ਕਰੋ ਚੈੱਕ,
ਰੋਕ ਲਓ ਜੀ ਇੱਥੇ। ਆਹ ਦੇਖੋ ਜੀ, ਥੋੜ੍ਹਾ ਤੋਰਿਓ ਵੀਰ, ਅੱਗੇ ਤੋਰੋ ਇਹਨੂੰ। ਠੀਕ ਹੈ, ਅਤੇ ਬਾਕੀ ਤਿੱਪਣ ਭਰਾਵੋ ਜਿਹੜੀ ਵੈੜ ਖਾਸ ਤੌਰ 'ਤੇ ਜੇਕਰ ਆਪਾਂ ਗੱਲ ਕਰੀਏ ਨਾ ਵੀ, ਹਾਂ ਮਾੜੀ ਵਿਖਾ ਦਿਓ ਹੱਥ ਉੱਤੇ ਲਾ ਕੇ ਭਰਾਵਾਂ ਨੂੰ ਦਿਖਾ ਦਈਏ, ਤਸੱਲੀ ਕਰਾ ਦਿਓ। ਠੀਕ ਹੈ, ਅਤੇ ਠੰਡੀ ਧੀਰੀ ਪੂਰੀ ਹੈ। ਠੀਕ ਹੈ, ਕੋਈ ਵੀਰ, ਕੋਈ ਭੈਣ, ਕੋਈ ਬੱਚਾ ਹੱਥ ਲਾਈ ਜਾਵੇ ਅਤੇ ਸੀਲ ਸਲੱਗ ਪੂਣਾ ਪੂਰਾ ਹੈਗਾ। ਅਤੇ ਇਹਦੀ ਕੀਮਤ ਦੀ ਗੱਲ ਕਰੀਏ ਤਾਂ ਵੀਰੇ 32,000 ਰੁਪਈਆ ਜਿਹੜੀ ਇਹਦੀ ਡਿਮਾਂਡ ਆ। ਠੀਕ ਹੈ ਜੀ, 32,000 ਦੀ ਜਿਹੜੀ ਦੋਸਤੋ ਇਹ ਡਿਮਾਂਡ ਹੈਗੀ ਆ, ਅਤੇ 30,000 ਜਿਹੜੀ ਲੈਦੇ ਆ, ਦੇ ਲੈ ਦੀ ਗੱਲ ਕਰੀਏ ਜਿਹੜਾ ਲਾਸਟ ਖਾਣ ਆ ਉਹ 30,000 ਆ। ਠੀਕ ਆ, ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ। 30,000 ਦੇ ਵਿੱਚ ਜਿਹੜੀ ਦੋਸਤੋ ਇਹ ਜਰਸੀ ਵੈੜ ਆ, ਦੂਜਾ ਸੂਬਾ ਸੋਹਣੀ ਆ, ਇਹ ਦਿੱਤੀ ਜਾਊਗੀ 30,000 ਦੇ ਵਿੱਚ ਖਾਣ ਆ। ਜਿਹੜਾ ਮੁੱਲ ਆ 32,000। ਠੀਕ ਆ ਜੀ, ਇੱਕ ਵਾਰੀ ਤੁਹਾਨੂੰ ਬੈਕ ਸਾਈਡ ਤੋਂ ਆਪਾਂ ਆਹ ਥਣ ਚੈੱਕ ਕਰਾਉਂਦੇ ਹਾਂ। ਆਹ ਕਰੋ ਜੀ, ਆਹ ਦੇਖੋ ਜੀ, ਆਹ ਥਣ ਭਾਂਡਾ ਵੇਖੋ ਭਰਾਵੋ, ਥਣ ਥੁਣ ਵੇਖੋ, ਬਿਲਕੁਲ ਐਨ ਮੁੱਠੀ ਵਾਲਾ ਥਣ ਆ। ਠੀਕ ਆ ਜੀ, ਆਹ ਕਰੋ ਚੈੱਕ, ਐਨ ਪੂਰਾ ਜਿਹੜਾ ਕਹਿੰਦੇ ਵੀ ਬੰਬੇ ਪਾਸ ਉਹ ਗੱਲਬਾਤ ਆ। ਬਾਕੀ ਤਿੱਪ ਕੇ ਤਸੱਲੀ ਕਰ ਲਿਓ, ਜਿੰਨੇ ਵੀਰ ਨੇ ਖਾਸੇ ਤੌਰ 'ਤੇ ਖਰੀਦਣੀ ਆ, ਚਾਰ ਥਾਂ ਆ ਵੇਥ ਵਿਰਲ ਚੰਗੀ ਆ, ਮੁੱਠੀ ਵਾਲਾ ਬਿਲਕੁਲ ਐਨ ਹੱਥੀ ਚੁਬਈ ਵਾਲਾ ਥਾਂ ਲੱਗਾ। ਠੀਕ ਆ, ਇਸ ਤੋਂ ਬਾਅਦ ਜਿਹੜੀ ਦੋਸਤੋ ਅਗਲੀ ਤੁਹਾਨੂੰ ਮੈਂ ਨੈਕਸਟ ਅਗਲੀ ਵੈੜ ਦਿਖਾਉਣੀ ਆ, ਇਹ ਤਿੱਲ ਆ। ਠੀਕ ਆ, ਇੱਕ ਥਣੋਂ ਤਿੱਲ ਆ। ਠੀਕ ਆ, ਇਹ ਦੋਸਤੋ ਚੌਥੇ ਨੰਬਰ 'ਤੇ ਮੈਂ ਤੁਹਾਨੂੰ ਜਿਹੜੀ ਵੈੜ ਦਿਖਾ ਰਿਹਾ, ਅਤੇ ਤਾਜ਼ੀ ਸੂਈ ਆ, ਕਾਲੇ ਰੰਗ ਦੇ ਵਿੱਚ ਆ। ਹਾਈਟ ਕੱਦ ਤੁਸੀਂ ਨੋਰਮਲੀ ਦੇਖ ਲਿਆ ਹੋਵੇਗਾ ਵੀ, ਜਿੰਨੀਆਂ ਵੈੜਾਂ ਆਪਾਂ ਤੁਹਾਨੂੰ ਹੁਣ ਤਿੰਨ ਵੈੜਾਂ ਦਿਖਾ ਚੁੱਕੇ ਹਾਂ, ਤਿੰਨਾਂ ਵੈੜਾਂ ਦੇ ਵਿੱਚੋਂ ਜੇਕਰ ਆਪਾਂ ਗੱਲ ਕਰ ਲਈਏ ਤਾਂ ਫੁੱਲ ਹਾਈਟ, ਫੁੱਲ ਲੰਬਾਈ, ਫੁੱਲ ਲੈਂਥ ਵਾਲੀ ਜਿਹੜੀ ਦੋਸਤੋ ਇਹ ਵੈੜ ਆ, ਐਚ ਐਫ ਵੈੜ ਆ। ਠੀਕ ਆ ਜੀ, ਐਚ ਐਫ ਬਰੀਡ ਦੇ ਵਿੱਚ ਆ, ਅਤੇ ਥਣੋਂ ਤੇਲ ਆ, ਉਲਟ ਬਹਿਣੀ ਵਾਲਾ। ਠੀਕ ਆ ਜੀ, ਅਤੇ ਪੁੱਠੀ ਬਹਿਣੀ ਵਾਲਾ ਆਪਾਂ ਜਿਹਨੂੰ ਕਹਿ ਲਈਏ ਵੀ, ਉਹਦੇ ਵਿੱਚੋਂ ਜਿਹੜਾ ਮਗਰਲਾ ਥਣ ਆ, ਪਿਛਲਾ ਥਣ ਆ, ਉੱਥੋਂ ਤੇਲ ਆ। ਠੀਕ ਆ ਜੀ, ਬਾਕੀ ਬਹਿਣੀ ਵਾਲੇ ਪਾਸਿਓਂ ਦੋਨੋਂ ਥਣ ਪ੍ਰੋਪਰ ਵਧੀਆ ਚੱਲਦੇ ਆ, ਉਲਟ ਬਹਿਣੀ ਵਾਲਾ ਥਣ ਜਿਹੜਾ ਦੋਸਤੋ ਪੂਰਾ ਵਰਦਾ। ਠੀਕ ਆ, ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ। ਅਤੇ ਬੱਚਾ ਜਿਹੜਾ ਥੱਲੇ ਪਾਇਆ ਉਹ ਬੱਛਾ ਜੀ, ਠੀਕ ਆ, ਮੇਲ ਕਾਫ ਆ ਜਿਹੜਾ ਥੱਲੇ ਆ, ਅਤੇ ਘੱਟੋ ਘੱਟ ਵੀ 12-13 ਦਿਨਾਂ ਦੀ ਸੂਈ ਆ। ਠੀਕ ਆ, 12-13 ਕੁ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ। ਅਤੇ ਬਿਲਕੁਲ ਜੇਕਰ ਆਪਾਂ ਦੁੱਧ ਦੀ ਗੱਲ ਕਰ ਲਈਏ ਤਾਂ 14 ਕਿਲੋ, ਬਿਲਕੁਲ ਕਿਸੇ ਵੀਰ ਨੇ ਜਿਹੜਾ ਦੁੱਧ ਚੋ ਲੈਣਾ ਇਹਦੇ ਥੱਲੇ, ਉਹ 14 ਕਿਲੋ ਉਹਦੀ ਚੁਆਈ ਲੱਗੀ ਆ। ਅਤੇ ਖੋਲ੍ਹ ਕੇ ਆਪਾਂ ਵੀਰ ਨੂੰ ਕਹਿੰਦੇ ਚੰਗੀ ਤਸੱਲੀ ਨਾਲ ਦਿਖਾਈਏ ਵੀ, ਖੋਲ੍ਹ ਲਓ ਭਰਾ ਜੀ, ਲੈ ਵੀ। ਠੀਕ ਆ ਜੀ, ਆਹ ਕਰੋ ਚੈੱਕ, ਆਹ ਦੇਖੋ। ਬਾਕੀ ਜਿਸ ਥਣੋਂ ਤੇਲ ਆ ਦੋਸਤੋ, ਮੈਂ ਤੁਹਾਨੂੰ ਉਹ ਵੀ ਤਸੱਲੀ ਨਾਲ ਇੱਕ ਵਾਰੀ ਦਿਖਾ ਦਿੰਦਾ, ਥੋੜ੍ਹਾ ਨਿੱਕੇ ਵੀਰ ਘੁਮਾ ਲਈਏ ਇਹਨੂੰ, ਘੁਮਾ ਲਓ ਇਹਨੂੰ ਇੱਕ ਵਾਰੀ, ਹਾਂ ਮੋੜ ਦਿਓ, ਇਹ ਇੱਥੇ ਡੱਕ ਲਓ ਜੀ, ਇੱਥੇ ਡੱਕ ਲਓ, ਹਾਂ ਆਹ ਵੇਖੋ ਜੀ। ਠੀਕ ਆ, ਆਹ ਜਿਹੜੇ ਦੋਸਤੋ ਉਲਟ ਬਹਿਣੀ ਵਾਲੇ ਪਾਸੇ ਮੈਂ ਬੈਠਾ, ਅਤੇ ਜਿਹੜਾ ਅਗਲਾ ਥਾਂ ਨੇ ਪ੍ਰੋਪਰ ਪੂਰਾ ਵਰਦਾ, ਅਤੇ ਜਿਹੜਾ ਇੱਧਰਲਾ ਮਗਰਲਾ ਥਾਂ ਹੁੰਦਾ ਉਲਟ ਬਹਿਣੀ ਵਾਲਾ, ਉਹ ਥਣੋਂ ਜਿਹੜੀ ਆ ਦੋਸਤੋ ਤੇਲ ਆ। ਠੀਕ ਆ, ਅਤੇ ਥਾਂ ਦਾ ਜਿਹੜਾ ਸਾਇਜ਼ ਸੂਜ ਆ ਤੁਸੀਂ ਵੇਖੋਗੇ ਬਿਲਕੁਲ ਮੁੱਠੀ ਵਾਲਾ ਥਾਂ ਆ। ਠੀਕ ਆ, ਮੁੱਠੀ ਵਾਲਾ ਥਾਂ ਆ, ਅਤੇ ਚੁਬਾਈ ਜਿਹੜੀ ਆ ਦੋਸਤੋ ਘੱਟੋ ਘੱਟ ਵੀ 14 ਕਿਲੋ, ਹੁਣ ਬਿਲਕੁਲ ਮੌਕੇ 'ਤੇ ਜਿਹੜਾ ਵੀਰ ਨੇ ਚੋ ਲੈਣਾ, ਬਾਈ ਸਤਨਾਮ ਕਹਿੰਦਾ ਸੀ ਵੀ 14 ਕਿਲੋ ਆ ਗਏ ਘਰ, ਆਪਦਾ ਵੀਰ ਕੋਈ ਵੀ ਚੁਬਾਈ ਕਰ ਸਕਦਾ। ਆਹ ਦੇਖੋ ਜੀ, ਠੀਕ ਆ, ਤੋਰ ਲਓ ਜੀ, ਠੀਕ ਆ।
ਤੇ ਮੁੱਲ ਜਿਹੜਾ ਦੋਸਤੋ ਇਸ ਵੈਟ ਦਾ, ਠੀਕ ਹੈ ਜੀ, ਘੱਟੋ ਘੱਟ ਵੀ 25,000 ਡਿਮਾਂਡ ਆ ਅਤੇ 23,000 ਦੀ ਹਾਂ ਨਾ ਹੈਗੀ ਹੈ, ਠੀਕ ਹੈ, 23,000 ਦੇ ਦਿੱਤੀ ਜਾਵੇਗੀ ਜਿਹੜੀ ਇਹ ਵੈਟ ਤੇਲ ਆ ਜਿਹੜੀ, ਠੀਕ ਹੈ, 25,000 ਡਿਮਾਂਡ ਆ। ਇਸ ਤੋਂ ਬਾਅਦ ਅੱਗੇ ਜਿਹੜੀ ਦੋਸਤੋ ਤੁਹਾਨੂੰ ਝੋਟੀ ਇੱਕ ਦਿਖਾ ਦੇਣੀ ਆਪਾਂ, ਠੀਕ ਆ। ਸੋ ਦੋਸਤੋ ਅਗਲੇ ਜੇਕਰ ਆਪਾਂ ਨੰਬਰ ਵਾਈਜ਼ ਗੱਲ ਕਰੀਏ ਤਾਂ 5ਵੇਂ ਨੰਬਰ 'ਤੇ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਰਹੇ ਹਾਂ, ਠੀਕ ਆ ਜੀ। ਅਤੇ ਦੂਜਾ ਸੂਬਾ ਦੋਸਤੋ ਇਹ ਸੂਈ ਹੈ, ਠੀਕ ਆ, ਦੂਜੇ ਸੂਬੇ ਦੇ ਵਿੱਚ ਚੱਲ ਰਹੀ ਆ। ਸਮੇਂ ਦੀ ਗੱਲ ਕਰ ਲਈਏ ਤਾਂ ਤੁਸੀਂ 2.5 ਮਹੀਨੇ ਮੰਨ ਲਓ, 3 ਮੰਨ ਲਓ, 3.5 ਮੰਨ ਲਓ, ਇੱਥੇ ਕਿ ਜਿਹੜਾ ਸਮਾਂ ਬਾਈ ਨੇ ਦੱਸਿਆ ਗਿਆ ਸੀ ਕਿ ਵੀ 2.5 ਮਹੀਨੇ ਦੀ ਜਿਹੜੀ 3 ਮਹੀਨੇ ਦੀ ਇਹ ਸੂਈ ਹੈ, ਠੀਕ ਆ। ਅਤੇ 6 ਕਿਲੋ ਬਿਲਕੁਲ ਜਿਹੜਾ ਦੋਸਤੋ ਦੁੱਧ ਦੇ ਥੱਲੇ ਰੈਡੀ ਆ, ਕੋਈ ਵੀਰ ਆਪਦੀ ਚੁਆਈ ਕਰ ਲਏ, ਦੋਨੋਂ ਟਾਈਮ ਮਿਲਦੀ ਹੈ, ਦੋਨੋਂ ਟਾਈਮ ਮਿਲਦੀ ਹੈ ਵੀਰੇ, ਅਤੇ ਬਿਲਕੁਲ ਥਾਪੀ 'ਤੇ ਮਿਲਦੀ ਆ, ਕੋਈ ਵੰਗਾ ਨਿਆਣਾ ਪਾਉਣ ਦੀ ਲੋੜ ਨਹੀਂ, ਨਾ ਹੀ ਅੱਗੇ ਭਾੜਾ ਪਾਉਣ ਦੀ ਲੋੜ ਆ। ਬੇਸ਼ੱਕ ਤੁਸੀਂ ਇਸੇ ਤਰ੍ਹਾਂ ਥਾਪੀ ਦੇਣੀ ਆ ਪਸ਼ੂ ਨੂੰ, ਰਜਾ ਕੇ ਪੱਠੇ ਪਾ ਕੇ ਬਿਲਕੁਲ ਥਾਪੀ ਦੇਣੀ ਆ, ਥੱਲੇ ਬਹਿ ਕੇ ਚੁਬਾਈ ਕਰ ਲੈਣੀ ਆ, 3 ਇੱਕ ਟਾਈਮ ਅਤੇ 3 1 ਟਾਈਮ ਜਿਹੜਾ ਦੁੱਧ ਦਿੰਦੀ ਹੈ, 6 ਕਿਲੋ ਦੁੱਧ ਦਿੰਦੀ ਆ। ਅਤੇ ਮੂੰਹੋਂ ਜਿਹੜੀ ਆ ਛਿੱਗੀ ਸੀ ਬਾਈ ਕਹਿੰਦਾ ਵੀ ਜਿਹੜੀ ਦੰਦੋਂ ਉਹ 6 ਦਾ ਹੁੰਦਾ, ਠੀਕ ਆ ਜੀ, ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ। ਅਤੇ ਮੁੱਲ ਬੇਸ਼ੱਕ ਦੋਸਤੋ ਇਹਦਾ ਘੱਟੋ ਘੱਟ ਵੀ 48,000 ਜਿਹੜੀ ਦੋਸਤੋ ਇਹਦੀ ਡਿਮਾਂਡ ਆ, ਠੀਕ ਆ, 43,000 ਦੇ ਵਿੱਚ ਹਾਂ ਨਾ ਜਿਹੜੀ ਉਹ 43,000 ਆ, ਠੀਕ ਆ ਜੀ। ਅਤੇ 43,000 ਦੇ ਵਿੱਚ ਇਹ ਜਿਹੜੀ ਦੋਸਤੋ ਝੋਟੀ ਦਿੱਤੀ ਜਾਊਗੀ। ਤਸੱਲੀ ਨਾਲ ਆਪਾਂ ਤੁਹਾਨੂੰ ਖੋਲ੍ਹ ਕੇ ਤੋਰ ਕੇ ਦਿਖਾਵਾਂਗੇ। ਉਸ ਤੋਂ ਪਹਿਲਾਂ ਜਿਹੜੀ ਆਹ ਫੇਸ ਕੁਆਲਿਟੀ ਦੇਖੋ, ਆਹ ਮੂੰਹ ਮੱਥਾ ਜੇ ਝੋਟੀ ਦਾ, ਠੀਕ ਆ ਜੀ, ਸਿੰਗੀ ਸੁੰਗੀ ਦੇਖ ਲਓ, ਆਹ ਫੇਸ ਕੁਆਲਿਟੀ, ਆਹ ਤੁਹਾਨੂੰ ਵਿਖਾ ਦਿੰਦੇ ਹਾਂ ਜੀ, ਆਹ ਦੇਖੋ, ਠੀਕ ਆ ਜੀ, ਥਣ ਥੁਣ ਵੇਖੋ ਪੂਰੀ ਨਬਾਈ ਦੇ ਵਿੱਚ, ਐਨ ਮੁੱਠੀ ਵਾਲਾ ਥਣ, ਠੀਕ ਹੈ। ਅਤੇ ਚੁਬਾਈ ਜਿਹੜੀ ਹੈ ਭਰਾਵੋ ਵਧੀਆ ਲੱਗੀ ਹੈ, ਠੀਕ ਹੈ, ਕੋਈ ਚੁਬਾਈ ਦੇ ਵਿੱਚ ਫਰਕ ਹੁੰਦਾ ਤਾਂ ਬਾਈ ਨੇ ਦੱਸ ਦੇਣਾ ਸੀ ਵੀ ਘੱਟੋ ਘੱਟ ਵੀ ਕੋਈ ਅਵੀ ਨਵੀ ਆ, ਜਿਹੜੀ ਤਿਲ ਸੀਗੀ ਵੱਛੀ ਵੈੜ ਉਹ ਦੱਸ ਕੇ ਆਪਾਂ ਤੁਹਾਨੂੰ ਬਿਲਕੁਲ ਸਾਹਮਣੇ ਤੁਹਾਡੇ ਕਰ ਦਿੱਤੀ ਹੈ ਵੀ ਉਹ ਤਿਲ ਸੀਗੀ, ਠੀਕ ਆ। ਬਾਕੀ ਆਲ ਪਸ਼ੂ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਏ ਆ ਉਹਨਾਂ ਦੇ ਵਿੱਚ ਥਣਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਗੀ, ਆਪਦੀ ਚੁਆਈ ਤੁਸੀਂ ਆਣ ਕੇ ਕਰਕੇ ਵੇਖ ਹੀ ਲੈਣੀ ਹੈ। ਖੁੱਲ੍ਹ ਗਿਆ ਵੀਰੇ ਨੂੰ ਵੀ ਖੋਲ੍ਹੋ ਛੋਟੇ ਵੀਰ, ਠੀਕ ਆ। ਅਤੇ ਬਾਕੀ ਬਿਲਕੁਲ ਪਤਲੀ ਚਮੜੀ ਆ ਦੋਸਤੋ, ਠੀਕ ਆ, ਸਕਿਨ ਵਾਈਜ਼ ਵੇਖੋਗੇ ਬਿਲਕੁਲ ਬਰੀਕ ਜੀ ਸਕਿਨ ਆ ਝੋਟੀ ਦੀ। ਅੱਗੇ ਜਿਹੜਾ ਵੀਰ ਖਾਸਾ ਤੌਰ 'ਤੇ ਅੱਗੇ ਸੋਹਣਾ ਹੱਥ ਫੇਰੂਗਾ, ਅੱਗੇ ਸੇਵਾ ਸਾਂਭ ਸੰਭਾਲ ਕਰ ਲਉਂਗੇ ਅਤੇ ਭਰ ਲੂਗਾ ਪਿੰਡਾ ਪੁੰਡਾ, ਅਤੇ ਝੋਟੀ ਅੱਗੇ ਦੋਸਤੋ ਵਾਧੇਬੰਦੀ ਹੈਗੀ ਆ, ਠੀਕ ਆ। ਅਤੇ ਦੁੱਧ ਬੇਸ਼ੱਕ 6 ਕਿਲੋ ਹੈਗਾ, ਦੋਨੋਂ ਟਾਈਮ ਮਿਲਦੀ ਆ ਥਾਪੀ ਦੇ, ਆਹ ਕਰੋ ਚੈੱਕ ਜੀ। ਅਤੇ ਮੁੱਲ ਵੀ ਜਿਹੜਾ ਦੋਸਤੋ ਮੈਂ ਤੁਹਾਨੂੰ ਦੱਸਤਾ ਵੀ 48,000 ਜਿਹੜੀ ਡਿਮਾਂਡ ਆ, ਅਤੇ ਲੈ ਦੇ ਦੀ ਗੱਲ ਕਰੀਏ ਤਾਂ ਵੀ 43,000 ਦੇ ਵਿੱਚ ਹਾਂ ਨਾ ਜਿਹੜੀ ਹੈਗੀ। ਲਓ ਜੀ, ਠੀਕ ਆ, ਥਣ ਥੁਣ ਜਿਹੜਾ ਦੋਸਤੋ ਬਿਲਕੁਲ ਮੁੱਠੀ ਵਾਲਾ, ਆਹ ਵੇਖੋ, ਠੀਕ ਆ। ਇਸ ਤੋਂ ਨੈਕਸਟ ਜਿਹੜੀ ਅਗਲੀ ਦੋਸਤੋ ਮੈਂ ਤੁਹਾਨੂੰ ਆਹ 6ਵੇਂ ਨੰਬਰ 'ਤੇ ਜਿਹੜਾ ਐਨੀਮਲ ਦਿਖਾਉਣਾ ਵੈੜ ਆ, ਤੋਕੜ ਆ, ਠੀਕ ਆ ਜੀ, ਤੋਕੜ ਵੈੜ ਆ, ਠੀਕ ਆ ਦੋਸਤੋ। ਅਗਲੀ ਜਿਹੜੀ ਮੈਂ ਤੁਹਾਨੂੰ 6ਵੇਂ ਨੰਬਰ 'ਤੇ ਇਹ ਵੈੜ ਦਿਖਾ ਰਿਹਾ, ਇਹ ਮਤਲਬ ਕਿ ਤੋਕੜ ਆ, ਠੀਕ ਆ, ਦੂਜਾ ਸੂਬਾ ਸੂਈ ਆ, ਤੋਕੜ ਆ, ਅਤੇ 2 ਕੁ ਮਹੀਨਿਆਂ ਦਾ ਤੁਸੀਂ ਸੂਆ ਮੰਨ ਸਕਦੇ, 2 ਕੁ ਮਹੀਨੇ ਹੋ ਗਏ ਸਮਾਂ ਸੂਈ ਨੂੰ ਬਿਨ ਬੱਚੇ ਤੋਂ ਆ। ਅਤੇ ਦੁੱਧ ਦੀ ਗੱਲ ਕਰੀਏ ਤਾਂ 9 ਕਿਲੋ ਬਿਲਕੁਲ ਜਿਹੜਾ ਦੁੱਧ ਹਾਜ਼ਰ ਇਹਦੇ ਥੱਲੇ, ਜਿਹੜਾ ਕਿਸੇ ਵੀਰ ਨੇ ਆਣ ਕੇ ਚੁਬਾਈ ਕਰ ਲੈਣੀ, 9 ਕਿਲੋ ਬਿਲਕੁਲ ਜਿਹੜਾ ਹਾਜ਼ਰ ਆ, ਠੀਕ ਆ ਜੀ। ਆਹ ਵੇਖੋ ਮੂੰਹ ਮੱਥੇ ਦੀ ਫੇਸ ਕੁਆਲਿਟੀ, ਇੱਧਰ ਆਹ ਥਣ ਹੈਗਾ ਜੀ, ਆਹ ਕਰੋ ਚੈੱਕ ਜੀ, ਠੀਕ ਆ, ਠੀਕ ਆ ਜੀ, ਆਹ ਥਣ ਆ ਦੋਸਤੋ। ਅਤੇ 9 ਕਿਲੋ ਦੁੱਧ ਆ, ਰੇਟ ਭਾਅ ਪੜਦਾ ਵੀ ਜਿਹੜਾ ਬਿਲਕੁਲ ਜਾਇਜ਼ ਆ, ਜੈਨੂਨ ਆ, ਛੋਟੇ ਫਾਰਮਰ ਵਾਸਤੇ ਜਾਂ ਕਿਸੇ ਵੀਰ ਨੇ ਥੋੜ੍ਹੇ ਪੈਸੇ ਖਰਚ ਕਰਨੇ ਆ ਉਹਦੇ ਵਾਸਤੇ ਜਿਹੜੀ ਆ ਦੋਸਤੋ ਇਹ ਵਡਮੁੱਲੀ ਚੀਜ਼ ਆ, ਕਿਉਂਕਿ 9 ਕਿਲੋ ਦੁੱਧ
ਬਿਲਕੁਲ ਰੈਡੀ ਹੈਗਾ। ਅਤੇ ਖੋਲ੍ਹ ਕੇ ਦਿਖਾਈਏ ਵੀਰੇ, ਵੀ ਦਿਖਾ ਦਿਉ। ਆ ਕਰੋ ਚੈੱਕ ਜੀ। ਠੀਕ ਆ। ਬਾਕੀ ਰਹੀ ਗੱਲ ਡਿਮਾਂਡ ਦੀ, ਦੋਸਤੋ ਡਿਮਾਂਡ ਜਿਹੜਾ ਮੁੱਲ 15,000 ਆ, ਅਤੇ 14,000 ਜਿਹੜੀ ਹਾਂ ਨਾ ਹੈਗੀ ਆ, ਠੀਕ ਹੈ, 14,000 ਦੇ ਵਿੱਚ ਜਿਹੜੀ ਇਹ ਵੈੜ ਦਿੱਤੀ ਜਾਊਗੀ। ਚਵਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਨਹੀਂ ਗਾ, ਆਪਦੀ ਕੋਈ ਵੀਰ ਦੋ ਡੰਗ ਦੀ ਚਵਾਈ ਕਰ ਲਏ, ਤਿੰਨ ਡੰਗ ਦੀ ਚਵਾਈ ਕਰ ਲਏ। ਭਾਜੀ ਸਤਨਾਮ ਸਿੰਘ ਕਹਿੰਦਾ ਸੀ ਵੀ ਦੋ ਟਾਈਮ ਚੋਵੋ, ਤਿੰਨ ਟਾਈਮ ਚੋਵੋ, ਤਸੱਲੀ ਆਪਦੀ ਕਰਿਓ, ਠੀਕ ਹੈ। 9 ਕਿਲੋ ਦੁੱਧ ਇਹਦੇ ਕੋਲ ਹੈਗਾ ਹੁਣ, ਠੀਕ ਹੈ, ਆਹ ਦੇਖੋ। ਅਤੇ 14,000 ਜਿਹੜੀ ਹਾਂ ਨਾਂ ਵਾਲਾ ਮੁੱਲ ਆ, ਠੀਕ ਹੈ ਜੀ, ਹਾਂ ਨਾਂ ਵਾਲੀ ਗੱਲਬਾਤ ਹੈਗੀ 14,000। ਡਿਮਾਂਡ ਵੈਸੇ 15,000 ਜੇਕਰ ਆਪਾਂ ਕਰੀ ਜਾਈਏ। ਅਤੇ ਅੱਜ ਜਿਹੜੇ ਦੋਸਤੋ ਖਾਸ ਤੌਰ 'ਤੇ ਪਸ਼ੂ ਤੁਹਾਨੂੰ ਆਪਾਂ ਦਿਖਾਏ ਆ, ਇਹ ਐਨੀਮਲ ਸੀਗੇ ਅੱਜ ਵਿਕਾਊ, ਠੀਕ ਹੈ ਜੀ, ਵਿਕਰੀ ਵਾਲੇ ਪਸ਼ੂ ਸੀ ਸਾਰੇ, ਅਤੇ ਜਿਨ੍ਹਾਂ ਦੇ ਵਿੱਚੋਂ ਬਿਲਕੁਲ ਪਹਿਲੇ ਨੰਬਰ 'ਤੇ ਆਪਾਂ ਤੁਹਾਨੂੰ ਜਿਹੜੀ ਇਹ ਵੈੜ ਜਰਸੀ ਜਾਤ ਵਿੱਚ ਦਿਖਾਤੀ ਆ, ਇਹ ਤਾਜ਼ੀ ਸੂਈ ਸਵਾਈ ਹੈ, ਠੀਕ ਆ। ਥਣ ਦੇ ਵਿੱਚ ਤੁਸੀਂ ਸਾਰਿਆਂ ਦੇ ਦੇਖ ਲਿਆ, ਜਿਹਦੇ ਵਿੱਚ ਕੋਈ ਮੁਸ਼ਕਲ ਸੀ ਦੋਸਤੋ, ਜਿਹੜਾ ਪਸ਼ੂ ਐਨੀਮਲ ਜਿਹੜੀ ਇੱਕ ਵੈੜ ਤਿੱਲੜ ਸੀਗੀ, ਉਹ ਬੇਸ਼ੱਕ ਆਪਾਂ ਤੁਹਾਨੂੰ ਬਿਲਕੁਲ ਸਾਹਮਣੇ ਦੱਸੀ ਆ, ਥਣ ਵੀ ਪ੍ਰੋਪਰ ਦਿਖਾਇਆ, ਜਿਹੜੇ ਥਣੋਂ ਤਿੱਲ ਆ, ਠੀਕ ਆ। ਬਾਕੀ ਦੋ ਵੈੜਾਂ ਵਿੱਚ ਗੱਬਣ, ਇਹਨਾਂ ਦੇ ਰੇਟ ਭਾਅ ਪੜਤਾ ਬਿਲਕੁਲ ਜਿਹੜਾ ਤੁਹਾਨੂੰ ਹਰ ਡਿਟੇਲ ਆ ਉਹ ਦੇ ਦਿੱਤੀ ਆ, ਠੀਕ ਆ ਜੀ। ਐਨੀਮਲ ਜਿਹੜਾ ਵੀ ਤੁਹਾਨੂੰ ਖਾਸ ਤੌਰ 'ਤੇ ਪਸੰਦ ਆਇਆ ਹੋਊਗਾ, ਉਹਦੀ ਤੁਸੀਂ ਵਿਸ਼ੇਸ਼ ਤੌਰ 'ਤੇ ਗੱਲਬਾਤ ਦਿੱਤੇ ਹੋਏ ਨੰਬਰਾਂ 'ਤੇ ਕਰ ਸਕਦੇ ਹੋ। ਨੰਬਰ ਜਿਹੜੇ ਆ ਦੋਸਤੋ ਮੈਂ ਤੁਹਾਨੂੰ ਇੱਕ ਵਾਰੀ ਬੋਲ ਕੇ ਦੱਸ ਦਿੰਦਾ, ਠੀਕ ਆ। ਇੱਕ ਛੋਟੇ ਵੀਰ ਜਿਹੜੇ ਸੰਪਰਕ ਨੰਬਰ ਨੇ ਆਪਣੇ ਭਾਅ ਜੀ ਸਤਨਾਮ ਸਿੰਘ ਹੋਰਾਂ ਦੇ, ਤੁਹਾਡੇ ਫਾਦਰ ਸਾਹਿਬ ਦੇ, ਦੱਸਿਓ ਜੀ। 9956 ਫਿਰ ਬੋਲਿਓ, 9956 9956 ਇਹ ਜਿਹੜੇ ਨੰਬਰ ਆ ਦੋਸਤੋ ਭਾਅ ਜੀ ਸਤਨਾਮ ਸਿੰਘ ਦੇ, ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਕਰ ਦੇਣੇ ਆ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।